ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ, ਆਪਣੇ ਸੁਝਾਅ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅੰਮ੍ਰਿਤ ਵੇਲੇ ਬਾਰੇ, ਕਿਉਂਕਿ ਅੰਮ੍ਰਿਤ ਵੇਲਾ ਸਾਡੇ ਲਈ ਬਹੁਤ ਜ਼ਰੂਰੀ ਆ। ਪਰ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਕਹਿ ਦਿੰਦੇ ਆ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਪਰ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਜਾਂ ਅੰਮ੍ਰਿਤ ਵੇਲੇ ਉੱਠ ਪੈਂਦੇ ਹਾਂ, ਉੱਠ ਕੇ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਕਿਉਂਕਿ ਆਲਸ ਨੀਂਦ ਘੇਰਾ ਪਾ ਲੈਂਦੀ ਆ। ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਭਾਈ ਜੇਕਰ ਅੰਮ੍ਰਿਤ ਵੇਲੇ ਉੱਠਣਾ ਹੈ, ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਘੀ ਗੋਦ ਦਾ ਆਨੰਦ ਮਾਣਨਾ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ, ਬੇਨਤੀਆਂ, ਤਰਲੇ ਕਰਨੇ ਪੈਣਗੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਆਪਣੀ ਅਰਜ਼ੀ ਲਾਉਣੀ ਪੈਣੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ 'ਤੇ ਤਰਸ ਕਰੋ, ਸਾਡੇ 'ਤੇ ਵੀ ਕਿਰਪਾ ਕਰੋ, ਸਾਡੀ ਵੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਓ, ਅੰਮ੍ਰਿਤ ਵੇਲੇ ਦੇ ਨਾਮ ਦੀ ਦਾਤ ਪਾਓ। ਕਿਉਂਕਿ ਮਹਾਂਪੁਰਖ ਜੀ ਵਾਰ ਵਾਰ ਸਾਨੂੰ ਇਹ ਗੱਲ ਸਮਝਾਉਂਦੇ ਆ ਕਿ ਭਾਈ ਅੰਮ੍ਰਿਤ ਵੇਲਾ ਬਿਨਾਂ ਭਾਗਾਂ ਬਿਨਾਂ ਕਰਮਾਂ ਤੋਂ ਨਹੀਂ ਮਿਲਦਾ। ਬਹੁਤ ਵੱਡੇ ਭਾਗ ਨੇ ਉਹਨਾਂ ਦੇ, ਬੜੇ ਚੰਗੇ ਕਰਮ ਨੇ ਉਹਨਾਂ ਦੇ ਜੋ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰਦੇ ਨੇ, ਉੱਠ ਕੇ ਨਾਮ ਜਪਦੇ ਨੇ, ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਨੇ, ਸਮਝੋ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਨਿਸ਼ਾਨੀ ਹੀ ਇਹ ਆ ਅੰਮ੍ਰਿਤ ਵੇਲਾ। ਜਦੋਂ ਵੀ ਅੰਮ੍ਰਿਤ ਵੇਲੇ ਜਾਗ ਆਉਣੀ ਸ਼ੁਰੂ ਹੋ ਜਾਵੇ, ਅੱਖ ਆਪਣੇ ਆਪ ਖੁੱਲ੍ਹਣੀ ਸ਼ੁਰੂ ਹੋ ਜਾਵੇ ਨਾ, ਸਮਝੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੋਂ ਬਹੁਤ ਖੁਸ਼ ਨੇ। ਖੁਸ਼ ਹੋ ਕੇ ਉਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਆ। ਅੰਮ੍ਰਿਤ ਵੇਲਾ ਦੁਨੀਆ ਦੀ ਸਭ ਤੋਂ ਵੱਡੀ ਦਾਤ ਆ, ਕਿਉਂਕਿ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਮਿਲ ਗਿਆ ਬਾਕੀ ਕੁਝ ਰਹਿ ਹੀ ਨਹੀਂ ਗਿਆ। ਅੰਮ੍ਰਿਤ ਵੇਲਾ ਮਿਲ ਗਿਆ, ਸਭ ਕੁਝ ਮਿਲ ਗਿਆ। ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਆ। ਅੰਮ੍ਰਿਤ ਵੇਲੇ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਘੀ ਗੋਦ ਆਖਿਆ ਹੈ, ਤਾਂ ਫਿਰ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਘੀ ਗੋਦ ਮੰਨਣ ਦੇ ਲਈ ਸਾਡੇ ਵੱਲੋਂ ਹਰ ਕੋਸ਼ਿਸ਼ ਹੋਣੀ ਜ਼ਰੂਰੀ ਆ। ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ, ਕਿਰਪਾ ਮਾਲਕ ਨੇ ਕਰਨੀ ਆ। ਤਾਂ ਸਾਡੀ ਕੋਸ਼ਿਸ਼ ਦੇ ਵਿੱਚ ਆਪਾਂ ਕੀ ਕਰਨਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ, ਬੇਨਤੀਆਂ, ਤਰਲੇ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਜੋ ਵੀ ਭੁੱਲਾਂ ਹੋਈਆਂ ਨੇ, ਗਲਤੀਆਂ ਹੋਈਆਂ ਨੇ, ਉਹਨਾਂ ਦੀ ਮਾਫੀ ਬਖਸ਼ੋ। ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਬਹੁਤ ਦਿਆਲੂ ਹੋ, ਕਿਰਪਾਲੂ ਹੋ, ਤੁਸੀਂ ਬਖਸ਼ਣਹਾਰੇ ਹੋ, ਮੈਨੂੰ ਬਖਸ਼ ਲਓ, ਮੇਰੀਆਂ ਭੁੱਲਾਂ ਨੂੰ ਬਖਸ਼ ਕੇ ਬਖਸ਼ਿਸ਼ ਦੇ ਖਾਤੇ ਵਿੱਚੋਂ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਦੇ ਦਿਓ। ਅੰਮ੍ਰਿਤ ਵੇਲੇ ਦਾ ਉੱਠਣਾ ਮਿਲ ਜਾਵੇ, ਅੰਮ੍ਰਿਤ ਵੇਲੇ ਦਾ ਨਾਮ ਮਿਲ ਜਾਵੇ, ਤਾਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੁੰਦੀ ਆ ਕਿ ਹਰ ਚੀਜ਼ ਉਸ ਮਨੁੱਖ ਦੇ ਅੱਗੇ ਹੱਥ ਜੋੜ ਕੇ ਖੜ ਜਾਂਦੀ ਆ। ਜੋ ਭੈਣ ਭਰਾ ਕਹਿ ਦਿੰਦੇ ਨੇ ਕਿ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ, ਤਾਂ ਮਹਾਂਪੁਰਖ ਜੀ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਬੇਨਤੀ ਕਰਕੇ ਦੇਖੋ। ਅੰਮ੍ਰਿਤ ਵੇਲੇ ਦੇ ਵਿੱਚ ਇੱਕ ਨਿੱਕੇ ਜਿਹੇ ਪੰਛੀ ਬਬੀਹੇ ਦੀ ਪੁਕਾਰ ਸੁਣੀ ਜਾ ਸਕਦੀ ਆ, ਤਾਂ ਫਿਰ ਸਾਡੀ ਕਿਉਂ ਨਹੀਂ।
ਬਸ ਸਾਨੂੰ ਪੁਕਾਰ ਕਰਨੀ ਨਹੀਂ ਆਉਂਦੀ। ਅਸੀਂ ਉਤਲੇ ਮਨੋਂ ਕਹਿੰਦੇ ਹਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਪਰ ਅੰਦਰ ਸਾਨੂੰ ਨੀਂਦ ਪਿਆਰੀ ਲੱਗਦੀ ਆ। ਅੰਦਰੋਂ ਮਨ ਚਾਹੁੰਦਾ ਵੀ ਕੋਈ ਗੱਲ ਨਹੀਂ, ਜੇ ਅੱਜ ਨਾ ਉੱਠਿਆ ਗਿਆ ਸਵੇਰੇ ਉੱਠ ਜਾਵਾਂਗੇ, ਜੇ ਸਵੇਰੇ ਨਾ ਉੱਠਿਆ ਗਿਆ ਫਿਰ ਪਰਸੋਂ ਤੋਂ ਸ਼ੁਰੂ ਕਰ ਲਵਾਂਗੇ। ਜਾਂ ਫਿਰ ਕਈ ਮਨਾਂ ਦੇ ਵਿੱਚ ਤਾਂ ਇਹ ਰਹਿੰਦਾ ਹੈ ਵੀ ਪਾਠ ਹੀ ਕਰਨਾ ਹੈ, ਗੁਰੂ ਨੂੰ ਯਾਦ ਹੀ ਕਰਨਾ ਹੈ, ਕਿਸੇ ਵੀ ਵੇਲੇ ਕਰ ਲਵਾਂਗੇ। ਇਹ ਤਾਂ ਐਵੇਂ ਲੋਕ ਕਹਿੰਦੇ ਰਹਿੰਦੇ ਨੇ ਕਿ ਅੰਮ੍ਰਿਤ ਵੇਲਾ ਜ਼ਰੂਰੀ ਆ। ਉਹ ਇਹ ਦਲੀਲ ਦੇ ਕੇ ਅੰਮ੍ਰਿਤ ਵੇਲੇ ਦੇ ਕੀਮਤੀ ਵੇਲੇ ਦੇ ਵਿੱਚ ਸੁੱਤੇ ਰਹਿੰਦੇ ਨੇ। ਪਰ ਮਹਾਂਪੁਰਖ ਜੀ ਕਹਿੰਦੇ ਜੋ ਅੰਮ੍ਰਿਤ ਵੇਲੇ ਦੇ ਵਿੱਚ ਸੁੱਤੇ ਰਹਿੰਦੇ ਆ ਨਾ, ਸਮਝੋ ਉਹਨਾਂ ਨੇ ਆਪਣੇ ਭਾਗਾਂ ਨੂੰ, ਆਪਣੀ ਕਿਸਮਤ ਨੂੰ ਵੀ ਨਾਲ ਹੀ ਸਮਾ ਲਿਆ। ਜਿਹੜੇ ਸੁੱਤੇ ਰਹਿੰਦੇ ਨੇ ਉਹ ਲੁੱਟੇ ਜਾਂਦੇ ਨੇ, ਅਤੇ ਜੋ ਉੱਠ ਪੈਂਦੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਖਜ਼ਾਨੇ ਲੁੱਟਦੇ ਨੇ। ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਅੱਗੇ ਆਪਣੇ ਘਰ ਦੇ ਖਜ਼ਾਨੇ ਖੋਲ੍ਹ ਦਿੰਦੇ ਨੇ ਕਿ ਜੋ ਜੀ ਚਾਹੇ ਇੱਥੋਂ ਵਰਤੋ ਭਾਵੇਂ ਵੰਡੋ। ਤਾਂ ਫਿਰ ਆਪ ਸੋਚੋ ਵੀ ਆਪਾਂ ਅੰਮ੍ਰਿਤ ਵੇਲੇ ਦੇ ਕੀਮਤੀ ਵੇਲੇ ਦੇ ਵਿੱਚ ਸੌਂ ਕੇ ਲੁੱਟੇ ਜਾਣਾ ਹੈ, ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਲੁੱਟਣੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਉਹਨਾਂ ਦੇ ਉੱਤੇ ਮਿਹਰਬਾਨ ਨੇ ਜੋ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ। ਤਾਂ ਆਪਾਂ ਹਰ ਕੋਸ਼ਿਸ਼ ਕਰਨੀ ਆ। ਆਪਾਂ ਪਹਿਲਾਂ ਵੀ ਬਹੁਤ ਵਾਰ ਵੀਡੀਓ ਦੇ ਵਿੱਚ ਗੱਲ ਕੀਤੀ ਆ ਕਿ ਮਹਾਂਪੁਰਖ ਜੀ ਕਹਿੰਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਜੋ ਵੀ ਆਪਾਂ ਪਾਠ ਪੂਜਾ ਕਰਦੇ ਹਾਂ, ਜੋ ਵੀ ਬੰਦਗੀ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਸੇਵਾ ਕਰਦੇ ਹਾਂ ਨਾ, ਉਹਦਾ ਫਲ ਸਾਨੂੰ 12 ਗੁਣਾ ਵੱਧ ਕੇ ਮਿਲਦਾ ਹੈ। ਭਾਵ ਕਿ ਇੱਕ ਦਿਨ ਦਾ ਅੰਮ੍ਰਿਤ ਵੇਲਾ ਸੰਭਾਲਿਆ, 12 ਦਿਨਾਂ ਦਾ ਫਲ ਸਾਡੀ ਝੋਲੀ ਦੇ ਵਿੱਚ ਪੈ ਗਿਆ। ਜਿਨ੍ਹਾਂ ਨੇ ਪੂਰਾ ਮਹੀਨਾ ਅੰਮ੍ਰਿਤ ਵੇਲਾ ਸੰਭਾਲਿਆ ਹੈ, 1 ਸਾਲ ਦੇ ਅੰਮ੍ਰਿਤ ਵੇਲੇ ਦਾ ਫਲ ਉਹਨਾਂ ਦੀ ਝੋਲੀ ਦੇ ਵਿੱਚ ਪੈ ਗਿਆ। ਤਾਂ ਆਪ ਸੋਚੋ ਵੀ ਮਾਘ ਦਾ ਮਹੀਨਾ ਕਿੰਨਾ ਪਾਵਰਫੁੱਲ ਆ। ਮਾਘ ਦੇ ਮਹੀਨੇ ਦੀ ਮਹੱਤਵ ਖਾਸ ਮੰਨਿਆ ਜਾਂਦਾ ਹੈ। ਤਾਂ ਇਹ ਮਹੀਨਾ ਜੋ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਬੰਦਗੀ ਕਰ ਰਹੇ ਨੇ, ਮਾਲਕ ਨੂੰ ਯਾਦ ਕਰ ਰਹੇ ਨੇ, ਉਹ ਤਾਂ ਵੱਡੇ ਭਾਗਾਂ ਵਾਲੇ ਨੇ, ਕਰਮਾਂ ਵਾਲੇ ਨੇ। ਪਰ ਜਿਨ੍ਹਾਂ ਨੇ 3 ਹਫ਼ਤੇ ਸੌਂ ਕੇ ਗਵਾ ਲਿਆ, ਉਹਨਾਂ ਦੇ ਕੋਲ ਇੱਕੋ ਹੀ ਹਫ਼ਤਾ ਬਚਿਆ ਹੈ। ਉਹ ਇੱਕੋ ਹਫ਼ਤਾ ਹੀ ਸਾਂਭ ਲਓ, ਤਾਂ ਵੀ ਗੁਰੂ ਨਾਨਕ ਪਾਤਸ਼ਾਹ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਰਾਤ ਪਾ ਸਕਦੇ ਨੇ। ਇਹ 7 ਦਿਨ ਆਪਣੇ ਆਪ ਨੂੰ ਜਿਵੇਂ ਤਿਵੇਂ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ ਉਠਾਉਣਾ ਸ਼ੁਰੂ ਕਰ ਲਈਏ। ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਮਿੰਨਤਾਂ ਤਰਲੇ ਕਰੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੇਰੇ ਔਗਣ ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦਿਓ, ਮੇਰੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਰਾਤ ਪਾ ਦਿਓ। ਇਹ 7 ਦਿਨ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਆਪਣੇ ਆਪ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਅੰਮ੍ਰਿਤ ਵੇਲੇ ਉਠਾ ਕੇ ਨਾਮ ਜਪਾ ਲਈਏ, ਤਾਂ ਹੋ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰ ਦੇਣ, ਕਰ ਹੀ ਦੇਣਗੇ। ਜਦੋਂ ਆਪਾਂ ਸੱਚੇ ਮਨੋਂ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਨਾ, ਤਾਂ ਗੁਰੂ ਸਾਹਿਬ ਜੀ ਤਾਂ ਪਹਿਲਾਂ ਹੀ ਤਿਆਰ ਬੈਠੇ ਨੇ। ਉਹ ਤਾਂ ਸਿਰਫ ਸਾਡੇ ਮੂੰਹ ਵੱਲ ਦੇਖਦੇ ਨੇ ਕਿ ਇਹ ਮੇਰਾ ਬੱਚਾ ਕਦੋਂ ਮੇਰੇ ਵੱਲ ਮੁੱਖ ਕਰਦਾ ਹੈ। ਪਰ ਅਸੀਂ ਪਿੱਠ ਕਰਕੇ ਤੁਰੇ ਫਿਰਦੇ ਰਹਿੰਦੇ ਹਾਂ, ਤਾਂ ਹੀ ਦੁਖੀ ਹਾਂ। ਤਾਂ ਇਹ 7 ਦਿਨ ਸਾਂਭਣੇ ਆ। 7 ਦਿਨ ਦਿਨ ਦੇ ਵਿੱਚ ਜਦੋਂ ਵੀ ਮੌਕਾ ਮਿਲਦਾ ਹੈ, ਵੇਲਾ ਮਿਲਿਆ, ਉੱਥੇ ਹੀ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦੇਈਏ। ਕਿਤੇ ਕੰਮ ਧੰਦੇ ਜਾ ਰਹੇ ਹਾਂ, ਸਫ਼ਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜੀ ਦਾ ਜਾਪ, ਜਪਜੀ ਸਾਹਿਬ ਜੀ ਦਾ ਪਾਠ, ਅਤੇ ਮੰਗ ਇੱਕੋ ਹੀ ਰੱਖਣੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ੋ, ਅੰਮ੍ਰਿਤ ਵੇਲੇ ਦਾ ਨਾਮ ਬਖਸ਼ੋ। ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ, ਸੌਣ ਤੋਂ ਤੁਰੰਤ ਪਹਿਲਾਂ
ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ। ਪਰ ਜੇਕਰ ਤੁਹਾਨੂੰ ਪਤਾ ਹੈ ਕਿ ਮੈਨੂੰ ਅਜੇ ਨੀਂਦ ਨਹੀਂ ਆ ਰਹੀ, ਮੇਰੇ ਕੋਲ ਅੱਧਾ ਘੰਟਾ ਇੱਕ ਘੰਟਾ ਪਿਆ ਹੈ, ਤਾਂ ਉਹ ਅੱਧਾ ਘੰਟਾ ਇੱਕ ਘੰਟਾ ਟੀਵੀ ਜਾਂ ਮੋਬਾਈਲ ਦੇ ਉੱਤੇ ਨਹੀਂ ਲਾਉਣਾ। ਉਹਦੇ ਵਿੱਚ ਜਾਂ ਤਾਂ ਕਿਸੇ ਸੰਤ ਮਹਾਂਪੁਰਖ ਦੀ ਕੋਈ ਕਥਾ ਵਿਚਾਰ ਸੁਣ ਲਓ, ਜਾਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪੜ੍ਹ ਲਓ, ਜਾਂ ਫਿਰ ਅੰਮ੍ਰਿਤ ਵੇਲੇ ਦੀ ਮਹੱਤਤਾ ਮਹਾਨਤਾ ਦੀ ਕੋਈ ਵੀਡੀਓ ਸੁਣ ਲਓ, ਜਾਂ ਗੁਰਬਾਣੀ ਦਾ ਪਾਠ ਕਰ ਲਓ। ਹੁਣ ਕਈ ਭੈਣ ਭਰਾ ਕਹਿ ਦਿੰਦੇ ਵੀ ਜਪਜੀ ਸਾਹਿਬ ਜੀ ਦੀ ਬਾਣੀ ਤੁਸੀਂ ਰਾਤ ਨੂੰ ਪੜ੍ਹਨ ਨੂੰ ਕਿਉਂ ਕਹਿੰਦੇ ਆ? ਤਾਂ ਮੰਨਦੇ ਆ ਕਿ ਜਪਜੀ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਵੇਲੇ ਦੀ ਬਾਣੀ ਆ। ਉਹ ਅੰਮ੍ਰਿਤ ਵੇਲੇ ਪੜ੍ਹਨੀ ਬਹੁਤ ਜ਼ਰੂਰੀ ਆ, ਅੰਮ੍ਰਿਤ ਵੇਲੇ ਉੱਠ ਕੇ ਹਾਜ਼ਰੀ ਜ਼ਰੂਰ ਲਗਾਉਣੀ ਆ। ਪਰ ਜੇਕਰ ਬਾਕੀ ਦਿਨ ਦੇ ਵਿੱਚ ਸਾਡਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਨੂੰ ਮਨ ਕਰੇ, ਤਾਂ ਅਸੀਂ ਆਪਣੇ ਮਨ ਨੂੰ ਕਿੰਝ ਰੋਕ ਸਕਦੇ ਹਾਂ? ਜਿਵੇਂ ਸਾਨੂੰ ਭੁੱਖ ਲੱਗਦੀ ਆ ਤਾਂ ਅਸੀਂ ਸਮਾਂ ਦੇਖ ਕੇ ਪ੍ਰਸ਼ਾਦਾ 'ਤੇ ਨਹੀਂ ਨਾ ਛੱਕਦੇ, ਜਦੋਂ ਭੁੱਖ ਲੱਗੀ ਉਦੋਂ ਹੀ ਖਾਂਦੇ ਹਾਂ। ਉਸੇ ਹੀ ਤਰ੍ਹਾਂ ਜਦੋਂ ਗੁਰਬਾਣੀ ਦੀ ਭੁੱਖ ਲੱਗਦੀ ਹੈ, ਜਦੋਂ ਜਪਜੀ ਸਾਹਿਬ ਜੀ ਦੇ ਪਾਠ ਦੀ ਭੁੱਖ ਲੱਗੇ, ਅੰਦਰੋਂ ਆਵਾਜ਼ ਆਵੇ, ਦਿਲ ਕਰੇ ਕਿ ਮੈਂ ਜਪਜੀ ਸਾਹਿਬ ਜੀ ਦਾ ਪਾਠ ਨਾ ਕਰ ਲਵਾਂ, ਤਾਂ ਫਿਰ ਉਦੋਂ ਆਪਣੇ ਆਪ ਨੂੰ ਰੋਕਣਾ ਨਹੀਂ ਚਾਹੀਦਾ, ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣਾ ਚਾਹੀਦਾ ਹੈ। ਜਪਜੀ ਸਾਹਿਬ ਜੀ ਦਾ ਪਾਠ ਗੁਰੂ ਨਾਨਕ ਪਾਤਸ਼ਾਹ ਪ੍ਰਤੱਖ ਆਪ ਨੇ, ਮੂਲ ਮੰਤਰ ਜੀ ਦਾ ਜਾਪ ਗੁਰੂ ਨਾਨਕ ਪਾਤਸ਼ਾਹ ਆਪ ਨੇ। ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ, 1430 ਅੰਗਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਪ ਵਿਰਾਜਮਾਨ ਨੇ, ਸਾਡੇ ਗੁਰੂ ਸਾਹਿਬ ਵਿਰਾਜਮਾਨ ਨੇ। ਤਾਂ ਕੋਈ ਵੀ ਸ਼ਬਦ ਪੜ੍ਹੋ, ਕੋਈ ਵੀ ਪਾਠ ਕਰੋ, ਪਰ ਪੂਰੇ ਮਨ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ। ਰਾਤ ਨੂੰ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਹੈ, ਪਰ ਜਿਹੜਾ ਪਹਿਲਾਂ ਦਾ ਸਮਾਂ ਹੈ ਇਹਦੇ ਵਿੱਚ ਤੁਸੀਂ ਬਾਣੀ ਪੜ੍ਹ ਵੀ ਸਕਦੇ ਹੋ, ਬਾਣੀ ਦੇ ਅਰਥ ਸਮਝ ਸਕਦੇ ਆ। ਕਿਉਂਕਿ ਜਿੱਦਣ ਅਰਥ ਸਮਝਣੇ ਸ਼ੁਰੂ ਕਰ ਦਿੱਤੇ ਨਾ, ਉਦੋਂ ਬਾਅਦ ਫਿਰ ਮਨ ਨੇ ਭੱਜਣਾ ਬੰਦ ਕਰ ਦੇਣਾ ਹੈ। ਹੁਣ ਆਪਾਂ ਕਹਿੰਦੇ ਨਾ, ਮਨ ਟਿਕਦਾ ਨਹੀਂ ਆ, ਮਨ ਕਾਬੂ ਵਿੱਚ ਨਹੀਂ ਆਉਂਦਾ। ਜਿੱਦਣ ਇਹਨੂੰ ਆਪਣੇ ਗੁਰੂ ਦਾ ਉਪਦੇਸ਼ ਸਮਝ ਆ ਗਿਆ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ, ਫਿਰ ਇਹ ਮਨ ਕਿਤੇ ਨਹੀਂ ਭੱਜੇਗਾ, ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੁੜੇਗਾ। ਪਤਾ ਲੱਗ ਜਾਵੇਗਾ ਵੀ ਗੁਰੂ ਚਰਨਾਂ ਤੋਂ ਬਿਨਾਂ ਪਾਰ ਉਤਾਰਾ ਨਹੀਂ ਆ। ਤਾਂ ਇਹਨੂੰ ਰੋਜ਼ ਰੋਜ਼ ਗੁਰੂ ਦਾ ਉਪਦੇਸ਼ ਦੱਸਣਾ ਹੈ, ਗੁਰਬਾਣੀ ਦੇ ਅਰਥ ਆਪਣੇ ਮਨ ਨੂੰ ਦੱਸਣੇ ਆ ਵੀ ਮਨਾ, ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਕਰਨ ਨੂੰ ਕਿਹਾ ਹੈ ਅਤੇ ਆਪਾਂ ਕੀ ਕਰਦੇ ਫਿਰਦੇ ਹਾਂ। ਇਹ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ। ਤਾਂ ਰਾਤ ਦਾ ਇਹ ਜਿਹੜਾ ਵੇਲਾ ਹੈ ਨਾ, ਰਾਤ ਦੇ ਵੇਲੇ 'ਤੇ ਤਾਂ ਜ਼ੋਰ ਦਿੱਤਾ ਜਾਂਦਾ ਕਿਉਂਕਿ ਆਪਾਂ ਨਾ ਦਿਨ ਭਰ ਦੇ ਕੰਮ ਕਾਰ ਕਰਕੇ ਫਰੀ ਹੁੰਦੇ ਹਾਂ, ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਜਦੋਂ ਆਪਾਂ ਬਿਸਤਰੇ 'ਤੇ ਆਉਂਦੇ ਹਾਂ ਨਾ, ਬਿਸਤਰੇ ਦੇ ਉੱਤੇ ਆ ਕੇ ਇੱਕ ਵਾਰੀ ਬੰਦਾ ਸੁੱਖ ਦਾ ਸਾਹ ਲੈਂਦਾ ਵੀ ਚਲੋ ਅੱਜ ਦਾ ਦਿਨ ਪੂਰਾ ਮੈਂ ਵਧੀਆ ਤਰੀਕੇ ਦੇ ਨਾਲ ਜ਼ਿੰਮੇਵਾਰੀਆਂ ਨੂੰ ਨਿਭਾ ਲਿਆ ਹੈ। ਉਹ ਬਿਸਤਰ ਦੇ ਉੱਤੇ ਆ ਕੇ ਬੰਦਾ ਇੱਕ ਵਾਰ ਚਿੰਤਾ ਮੁਕਤ ਹੁੰਦਾ ਹੈ ਵੀ ਚਲੋ ਅੱਜ ਦੀਆਂ ਜ਼ਿੰਮੇਵਾਰੀਆਂ ਭੁਗਤ ਲਈਆਂ, ਤਾਂ ਉਦੋਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਚਾਹੀਦਾ ਹੈ। ਕਿਉਂਕਿ ਰਾਤ ਨੂੰ ਜਦੋਂ ਆਪਾਂ ਮਨ ਗੁਰੂ ਚਰਨਾਂ ਦੇ ਨਾਲ ਜੋੜਿਆ ਤਾਂ ਸਵੇਰੇ ਜੋੜਨ ਦੀ ਲੋੜ ਨਹੀਂ ਪੈਣੀ। ਸਵੇਰੇ ਉੱਠਦਿਆਂ ਸਾਰ ਸਾਡੇ ਮਨ ਵਿੱਚੋਂ ਨਿਕਲੇਗਾ ਸਤਨਾਮ ਵਾਹਿਗੁਰੂ। ਤਾਂ ਅੰਮ੍ਰਿਤ ਵੇਲਾ ਸੰਭਾਲਣਾ ਵੀ ਜ਼ਰੂਰੀ ਆ ਅਤੇ ਰਾਤ ਦਾ ਵੇਲਾ ਸੰਭਾਲਣਾ ਵੀ ਜ਼ਰੂਰੀ ਆ। ਅੰਮ੍ਰਿਤ ਵੇਲੇ ਉੱਠਣ ਦੇ ਲਈ ਸਭ ਤੋਂ ਪਹਿਲਾਂ ਰਾਤ ਦਾ ਵੇਲਾ ਹੀ ਸੰਭਾਲਣਾ ਪਵੇਗਾ। ਰਾਤ ਨੂੰ ਗੁਰਬਾਣੀ ਦਾ ਪਾਠ ਕਰਨਾ ਹੈ, ਜਾਂ ਗੁਰਬਾਣੀ ਦੇ ਅਰਥ ਸਮਝਣੇ ਆ, ਜਾਂ ਮਹਾਂਪੁਰਖਾਂ ਦੀਆਂ ਕਥਾ ਵਿਚਾਰਾਂ ਸੁਣਨੀਆਂ ਨੇ, ਜਾਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪੜ੍ਹਨਾ ਹੈ। ਅਤੇ ਜਦੋਂ ਪਤਾ ਲੱਗ ਗਿਆ ਨਾ ਕਿ ਹੁਣ ਨੀਂਦ ਆ ਰਹੀ ਆ, ਉਦੋਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਗੁਰੂ ਗੁਰੂ ਕਰਦਿਆਂ ਸੌਂ ਜਾਣਾ, ਸਵੇਰੇ ਆਪਣੇ ਆਪ ਜਾਗ ਆਵੇਗੀ। ਇਹ 7 ਦਿਨ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਇੱਕ ਵੀ ਮੌਕਾ ਨਹੀਂ ਗਵਾਉਣਾ। ਇਹ 7 ਦਿਨਾਂ ਦਾ ਇੱਕ ਇੱਕ ਪਲ, ਇੱਕ ਇੱਕ ਛਿਣ ਗੁਰੂ ਲੇਖੇ ਲਾਉਣਾ ਹੈ, ਜ਼ਿੰਦਗੀ ਭਰ ਕੰਮ ਆਵੇਗਾ।
ਮਹਾਂਪੁਰਖ ਜੀ ਕਹਿੰਦੇ ਮਾਘ ਦੇ ਮਹੀਨੇ ਦੇ ਜੁੜੇ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਟੁੱਟਦੇ, ਤਾਂ ਇਹ 7 ਦਿਨ ਸੰਭਾਲ ਲਈਏ ਤਾਂ ਗੁਰੂ ਚਰਨਾਂ ਦੇ ਨਾਲ ਜੁੜ ਸਕਦੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਸਕਦੇ ਨੇ। ਤਾਂ ਫਿਰ ਆਓ ਅੱਜ ਤੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ, ਮਿੰਨਤਾਂ ਕਰੀਏ, ਆਪਣੀਆਂ ਅਰਜ਼ੀਆਂ ਲਾ ਕੇ ਸੋਈਏ ਵੀ ਸਤਿਗੁਰ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ੋ, ਨਾਮ ਬਖਸ਼ੋ।